T20 ਵਿਸ਼ਵ ਕੱਪ ਵਿੱਚ ਸ਼੍ਰੀਲੰਕਾ ਦੇ ਨਾਲ ਗਏ ਕ੍ਰਿਕਟਰ ਤਨੁਸ਼ਕਾ ਗੁਣਤਿਲਕਾ ਨੂੰ ਜ਼ਬਰਜਨਾ ਕਰਨ ਦੇ ਦੋਸ਼ ਵਿੱਚ ਆਸਟ੍ਰੇਲੀਆ ਪੁਲਿਸ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਹੈ 31 ਸਾਲਾ ਖਿਡਾਰੀ ਨੂੰ ਤੜਕੇ ਗ੍ਰਿਫਤਾਰ ਕਰ ਲਿਆ ਗਿਆ ਹੈ ਤੇ ਸਿਡਨੀ ਸਿਟੀ ਪੁਲਿਸ ਸਟੇਸ਼ਨ ਵਿੱਚ ਲਜਾਇਆ ਗਿਆ ਇਹ ਕਾਰਵਾਈ 2 ਨਵੰਬਰ ਨੂੰ ਇੱਕ ਔਰਤ ਦੇ ਕਥਿਤ ਜਿੰਸੀ ਸ਼ੋਸ਼ਣ ਦੀ ਜਾਂਚ ਮਗਰੋਂ ਕੀਤੀ ਗਈ ਹੈ ਟੂਰਨਾਮੈਂਟ ਵਿੱਚੋਂ ਬਾਹਰ ਹੋਣ ਪਿੱਛੋਂ ਸ਼੍ਰੀਲੰਕਾ ਸਾਥੀ ਤੋਂ ਬਗੈਰ ਹੀ ਦੇਸ਼ ਪਰਤਾਈ ਪੁਲਿਸ ਦਾ ਦੋਸ਼ ਹੈ ਕਿ ਕ੍ਰਿਕਟਰ ਨੇ ਬੁੱਧਵਾਰ ਨੂੰ ਯਾਨੀ ਕਿ 2 ਨਵੰਬਰ ਨੂੰ ਰੋਜ ਪੇ ਵਿੱਚ ਇੱਕ ਔਰਤ ਨਾਲ ਜਿੰਸੀ ਸ਼ੋਸ਼ਣ ਗਿਤਾ ਜਿਸ ਨਾਲ ਉਹ ਕਈ ਦਿਨਾਂ ਤੋਂ ਆਨਲਾਈਨ ਡੇਟਿੰਗ ਐਪਲੀਕੇਸ਼ਨ ਤੇ ਚੈਟ ਕਰ ਰਿਹਾ ਸੀ ਗ੍ਰਿਫਤਾਰੀ ਤੋਂ ਬਾਅਦ ਉਸ ਨੂੰ ਸਿਡਨੀ ਸਿਟੀ ਪੁਲਿਸ ਸਟੇਸ਼ਨ ਲਿਜਾਇਆ ਗਿਆ ਫਿਰ 5 ਨਵੰਬਰ ਨੂੰ ਪੁਲਿਸ ਨੇ ਇੱਕ ਟੀਮ ਦਾ ਗਠਨ ਕੀਤਾ ਤੇ ਇਹ ਕਿਡਾਰੀ ਨੂੰ ਗ੍ਰਿਫਤਾਰ ਕਰ ਲਿਆ ਨਿਊ ਸਾਊਥ ਵੇਲਜ਼ ਪੁਲਿਸ ਨੇ ਆਪਣੀ ਵੈਬਸਾਈਟ ਤੇ ਇੱਕ ਅਣਪਛਾਤੇ ਸ਼੍ਰੀਲੰਕਾ ਦੇ ਨਾਗਰਿਕ ਦੀ ਗ੍ਰਿਫਤਾਰੀ ਦਾ ਵੀ ਜ਼ਿਕਰ ਕੀਤਾ ਹੈ 29 ਸਾਲਾ ਔਰਤ ਨੇ ਪਿਛਲੇ ਹਫ਼ਤੇ ਪੁਲਿਸ ਕੋਲ ਸ਼ਿਕਾਇਤ ਕੀਤੀ ਸੀ ਜਿਸ ਤੋਂ ਬਾਅਦ ਗੁਣ ਤਿਲਕਾ ਨੂੰ ਸਿਡਨੀ ਵਿੱਚ ਸਸੈਕਸ ਸਟਰੀਟ ਤੇ ਇੱਕ ਹੋਟਲ ਵਿੱਚੋਂ ਗ੍ਰਿਫਤਾਰ ਕੀਤਾ ਗਿਆ ਤੇ ਇੱਕ ਸਥਾਨਕ ਪੁਲਿਸ ਸਟੇਸ਼ਨ ਚਲਿਆ ਗਿਆ ਕਰਿਕਟਰ ਉਤੇ ਸਹਿਮਤੀ ਦੇ ਬਿਨਾ ਸਰੀਰਕ ਸੰਬੰਧ ਬਣਾਉਣ ਦੇ ਚਾਰ ਦੋਸ਼ ਲਗਾਏ ਗਏ ਹਨ శ్రీਲੰਕਾ ਬੱਲੇਬਾਜ਼ ਨੂੰ ਉਸ ਸਮੇਂ ਝਟਕਾ ਲੱਗਿਆ ਜਦੋਂ ਪੁਲਿਸ ਨੇ ਜ਼ਮਾਨਤ ਦੇਣ ਤੋਂ ਇਨਕਾਰ ਕਰ ਦਿੱਤਾ ਹੁਣ 7 ਨਵੰਬਰ ਨੂੰ ਡਾਈਨਿੰਗ ਸੈਂਟਰ ਅਦਾਲਤ ਵਿੱਚ ਉਸਦੀ ਪੇਸ਼ੀ ਹੋ ਸਕਦੀ ਹੈ